ਸਤਿ ਸ਼੍ਰੀ ਅਕਾਲ, ਮੈਂ ਜਸਵਿੰਦਰ ਪਾਲ ਚੈਨਲ ਸ਼ਾਨ ਪੰਜਾਬੀ ਤੁਹਾਡਾ ਸਵਾਗਤ ਹੈ ਤੇ ਪੰਜਾਬ ਦੀ ਸਮੇਂ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ, ਅੱਜ ਸੰਦੀਪ ਸਿੰਘ ਨੂੰ ਅੰਮ੍ਰਿਤਸਰ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਵਕੀਲਾਂ ਦੀ ਜ਼ਬਰਦਸਤ ਬਹਿਸ ਹੋਈ। ਇੱਕ ਪਾਸੇ ਪੁਲਿਸ ਰਿਮਾਂਡ ਚਾਹ ਰਹੀ ਸੀ, ਦੂਸਰੇ ਪਾਸੇ ਜਿਹੜੇ ਸੰਦੀਪ ਸਿੰਘ ਦੇ ਪੱਖ ਦੇ ਵਕੀਲ ਸਨ ਉਹਨਾਂ ਨੇ ਤਿੱਖੀ ਬਹਿਸ ਕੀਤੀ, ਜਿਸ ਨੂੰ ਲੈ ਕੇ ਪੁਲਿਸ ਨੂੰ ਰਿਮਾਂਡ ਤਾਂ ਨਹੀਂ ਮਿਲਿਆ, ਪਰੰਤੂ ਕੋਰਟ ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ ਸੰਦੀਪ ਸਿੰਘ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ। ਜੀ 14 ਦਿਨ ਲਈ ਉਹ ਨਿਆਂਇਕ ਹਿਰਾਸਤ ਵਿੱਚ ਰਹਿਣਗੇ ਅਤੇ 1/12 ਨੂੰ ਉਹਨਾਂ ਦੀ ਅਗਲੀ ਪੇਸ਼ੀ ਹੋਵੇਗੀ। ਤੁਹਾਨੂੰ ਦੱਸ ਦਿੰਦੇ ਜੋ ਅੱਜ ਕੋਰਟ ਵਿੱਚ ਹੋਇਆ, ਕੋਰਟ ਵਿੱਚ ਪੁਲਿਸ ਨੇ ਇੱਕ ਡਾਟੇ ਨੂੰ ਲੈ ਕੇ ਮੰਗ ਕੀਤੀ ਸੀ ਕਿ ਹਜੇ ਉਹਨਾਂ ਨੂੰ ਹੋਰ ਜ਼ਰੂਰਤ ਹੈ, ਜਦਕਿ ਪੱਖੀ ਜਿਹੜੇ ਵਕੀਲ ਸਨ ਉਹਨਾਂ ਦਾ ਕਹਿਣਾ ਸੀ ਕਿ ਪੁਲਿਸ ਪੂਰੀ ਜਾਂਚ ਕਰ ਚੁੱਕੀ ਹੈ ਅਤੇ ਹੁਣ ਪੁਲਿਸ ਰਿਮਾਂਡ ਦੀ ਲੋੜ ਨਹੀਂ। ਆਖਰ ਫਿਰ ਉਹਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਪੱਖੀ ਵਕੀਲਾਂ ਦਾ ਕੁਛ ਇਸ ਤਰ੍ਹਾਂ ਕਹਿਣਾ ਹੈ। ਜਿਹਦੇ ਵਿੱਚ ਪ੍ਰੋਸੀਕਿਊਸ਼ਨ ਦੀ ਜਿਹੜੀ ਆ ਉਹ ਰਿਕੁਐਸਟ ਸੀਗੀ ਅਗਲੇ 2 ਦਿਨ ਵਾਸਤੇ ਹੋਰ ਪੁਲਿਸ ਰਿਮਾਂਡ ਦੇ, ਜਿਹਦੇ ਵਾਸਤੇ ਉਹਨਾਂ ਦੀ ਗਰਾਊਂਡ ਇਹ ਸੀ ਕਿ ਜਿਹੜਾ ਇਹਦੇ ਮੋਬਾਈਲ ਫੋਨ ਦੇ ਵਿੱਚੋਂ ਜਿਹੜੀ ਆ 1,44,910 ਪੇਜ ਜਿਹੜੇ ਆ ਉਹ ਉਹਨਾਂ ਦਾ ਡਾਟਾ ਜਿਹੜਾ ਉਹ ਮਿਲਿਆ, ਜਿਹਨੂੰ ਉਸ ਡਾਟੇ ਨੂੰ ਕੰਪਲੀਟ ਉਹਦਾ ਅਨਾਲਿਸਿਸ ਕਰਨ ਵਾਸਤੇ, ਇਹਦੇ ਕੋਲੋਂ ਪੁੱਛਗਿੱਛ ਕਰਨ ਵਾਸਤੇ ਜਾਂ ਇਹ ਕਿਸ ਚੀਜ਼ ਨਾਲ ਸੰਬੰਧਿਤ ਡਾਟਾ, ਉਹਦੇ ਵਾਸਤੇ ਸਾਨੂੰ 2 ਦਿਨ ਦਾ ਹੋਰ ਪੁਲਿਸ ਰਿਮਾਂਡ ਚਾਹੀਦਾ। ਉਹਦੇ ਵਿੱਚ ਪ੍ਰੋਸੀਕਿਊਸ਼ਨ ਨੇ ਸਬਮਿਸ਼ਨ ਆਪਣੀ ਇਹ ਕੀਤੀ, ਸਾਡੀ ਸਬਮਿਸ਼ਨ ਇਹ ਸੀ ਪਿਛਲੇ ਲਗਭਗ 12 ਦਿਨ ਤੋਂ ਇਸੇ ਗੱਲ ਦੇ ਉੱਤੇ, ਕਿਉਂਕਿ ਪਹਿਲੇ ਦਿਨ ਇਹਦਾ ਆਪਣਾ ਇਹਦਾ ਪਿਸਟਲ ਉਹਨਾਂ ਬਰਾਮਦ ਕਰ ਲਿਆ ਜੀ, ਪਹਿਲੇ ਦਿਨ ਹੀ ਪਿਸਟਲ ਦਾ ਜਿਹੜਾ ਲਾਇਸੈਂਸ ਬਰਾਮਦ ਕਰ ਲਿਆ, ਪਹਿਲੇ ਦਿਨ ਹੀ ਜਿਹੜੀ ਆ ਇਹਦੀ ਕਾਰ ਬਰਾਮਦ ਕਰ ਲਈ, ਉਹਦੇ ਵਿੱਚੋਂ ਮਿਲਿਆ ਮਟੀਰੀਅਲ ਬਰਾਮਦ ਕਰ ਲਿਆ, ਅਤੇ ਉਹਦੇ ਤੋਂ ਬਾਅਦ ਇਹ ਜਿਹੜੀ ਆ 12 ਦਿਨ ਦੇ ਵਿੱਚ ਪੁਲਿਸ ਦੀ ਸਿਰਫ ਅਤੇ ਸਿਰਫ ਇੱਕੋ ਸਬਮਿਸ਼ਨ ਰਹੀ ਜੀ, ਅਸੀਂ ਇਹਦੇ ਫੋਨ ਦੇ ਉੱਤੋਂ ਜਿਹੜੀ ਆ ਉਹ ਫੋਨ 'ਚੋਂ ਰਿਕਾਰਡ ਲੈਣਾ, ਫੋਨ 'ਚੋਂ ਰਿਕਾਰਡ ਲਿਆ, ਉਹਦੀ ਅਸੀਂ ਅਨੈਲਿਸਿਸ ਕਰਨਾ, ਅਨੈਲਿਸਿਸ ਕੀਤਾ ਜੀ, ਹੁਣ ਜਿਹੜਾ ਇਹ ਅਸੀਂ ਆਪਣੀ ਆਈ ਜੀ ਬਾਰਡਰ ਰੇਂਜ ਦੇ ਜਿਹੜਾ ਕਰ ਲਿਆ ਉਹਨਾਂ ਦੇ ਜਿਹੜਾ ਡਿਜੀਟਲ ਲੈਬ ਹੈ ਉਹਦੇ ਵਿੱਚੋਂ ਜਿਹੜਾ ਇਹਦਾ ਸਾਨੂੰ ਡਾਟਾ ਜਿਹੜਾ ਉਹਦੀ ਸੀਲਬੰਦ ਰਿਪੋਰਟ ਬਰਾਮਦ ਹੋਈ ਆ ਜੀ। ਉਹ ਤੋਂ ਬਾਅਦ ਹੁਣ ਅੱਜ ਉਹਨਾਂ ਦੀ ਇਹਦੀ ਹਾਰਡ ਡਿਸਕ ਦੇ ਵਿੱਚੋਂ 1,44,910 ਪੇਜ ਜਿਹੜੇ ਉਹ ਰਿਕਵਰ ਹੋਏ ਨੇ, ਉਹਨਾਂ ਸਾਰਿਆਂ ਦਾ ਅਸੀਂ ਜਿਹੜੀ ਆ ਉਹ ਪੁੱਛਗਿੱਛ ਕਰਨੀ ਹੈ। ਨਹੀਂ, ਪੁਲਿਸ ਨੇ ਤਾਂ ਡਿਮਾਂਡ ਕੀਤੀ ਰਿਮਾਂਡ ਦੀ, ਬਟ ਜੱਜ ਸਾਹਿਬ ਨੇ ਸਾਡੀ ਦਲੀਲ ਸੁਣਨ ਤੋਂ ਬਾਅਦ ਉਹਦਾ ਜਿਹੜਾ ਉਹਨੂੰ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ, ਫਰਦਰ ਰਿਮਾਂਡ ਨਹੀਂ ਮਿਲਿਆ। ਹੁਣ ਉਹਦੀ 1/12 ਵਾਸਤੇ ਉਹਨੂੰ ਦੁਬਾਰਾ ਜਿਹੜਾ ਉਹ ਅਦਾਲਤ ਵਿੱਚ ਪੇਸ਼ ਕੀਤਾ, 14 ਦਿਨ ਵਾਸਤੇ। ਇਹਦੇ ਬਾਰੇ ਕੁਝ ਕਹਿ ਨਹੀਂ ਚਾਹਦਾ, ਕੁਝ ਵਾਰ ਜਿਹੜਾ ਉਹ ਵੀਡੀਓ ਕਾਨਫਰੰਸ ਦੁਆਰਾ ਵੀ ਜਿਹੜੀ ਆ ਉਹ ਪੇਸ਼ੀ ਲੱਗ ਜਾਂਦੇ ਹੋ ਜਾਂਦੀ ਆ, ਬਟ ਇਹ ਅਦਾਲਤ ਅਤੇ ਜੇਲ੍ਹ ਐਡਮਿਨਿਸਟ੍ਰੇਸ਼ਨ ਦਾ ਵੀ ਉਹਨਾਂ ਨੇ ਕਿਵੇਂ ਕਰਨਾ।